ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਹਰ ਸਾਲ ਇਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਖੰਡ ਪਾਠ ਕਰਾਉਂਦੇ ਨੇ ਔਰ ਇਹਨਾਂ ਸਾਰੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਕਰਦੇ ਨੇ। ਉੱਥੇ ਸਾਡੇ ਸ਼ਹਿਰ ਦੇ ਜਿਹੜੇ ਸਾਰੇ ਵਪਾਰੀ ਵੀਰ ਨੇ, ਜਿੰਨੀਆਂ ਵੀ ਸਤਿਕਾਰਯੋਗ ਸ਼ਖਸੀਅਤਾਂ ਨੇ, ਉਹਨਾਂ ਦਾ ਸਨਮਾਨ ਕੀਤਾ ਜਾਂਦਾ, ਜਿਨ੍ਹਾਂ ਦੇ ਸਹਾਰੇ ਟਰੱਕ ਯੂਨੀਅਨ ਚੱਲਦੀ ਹੈ। ਇਸ ਟਰੱਕ ਯੂਨੀਅਨ ਦੇ ਪ੍ਰਧਾਨ ਸਰ ਅਮਰਪਾਲ ਸਿੰਘ ਜੀ ਕਾਲੇਕਾ, ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਉਹਨਾਂ ਦੇ ਸਾਰੇ ਕਾਬਲ ਸਾਥੀਆਂ ਦੇ ਨਾਲ ਇਹ ਟਰੱਕ ਯੂਨੀਅਨ ਸਾਰੇ ਸਾਡੇ ਇਲਾਕੇ ਦਾ ਮਾਲ ਜਿਹੜਾ ਵੱਖ ਵੱਖ ਪੰਜਾਬ ਦੇ ਰਾਜਾਂ ਦੇ ਵਿੱਚ ਪਹੁੰਚਾਉਂਦੇ ਨੇ ਔਰ ਸਾਰਿਆਂ ਨੂੰ ਸਹੀ ਸਲਾਮਤ ਮਾਲ ਪਹੁੰਚਾ ਕੇ ਆਪਦੇ ਵਪਾਰ ਵਾਸਤੇ, ਆਪਦੇ ਘਰ ਦੇ ਸੁੱਖ ਸ਼ਾਂਤੀ ਵਾਸਤੇ, ਪਰਿਵਾਰ ਦੀ ਕਮਾਈ ਵਾਸਤੇ ਦਿਨ ਰਾਤ ਮਿਹਨਤ ਕਰਦੇ ਨੇ। ਸੋ ਇਸ ਕਰਕੇ ਹਰ ਸਾਲ ਪਰਮਾਤਮਾ ਦਾ ਓਟ ਆਸਰਾ ਲੈ ਕੇ ਉਹਦੇ ਚਰਨਾਂ 'ਚ ਅਰਦਾਸ ਕੀਤੀ ਜਾਂਦੀ ਹੈ ਕਿ ਪਾਤਸ਼ਾਹ ਇਹਨਾਂ ਪਰਿਵਾਰਾਂ 'ਤੇ, ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖੀ, ਇਹ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰ। ਮੇਰਾ ਇਹਨਾਂ ਸਾਰੇ ਵੀਰਾਂ ਨੂੰ ਹਰ ਵਾਰ ਹੀ ਇਹ ਬੇਨਤੀ ਹੁੰਦੀ ਹੈ ਕਿ ਤੁਹਾਡੇ ਸਿਰ 'ਤੇ ਬਹੁਤ ਵੱਡਾ ਬੋਝ ਹੁੰਦਾ ਹੈ ਕਾਰੋ ਵਪਾਰੀ ਦਾ। ਲੱਖਾਂ ਰੁਪਏ ਦਾ ਮਾਲ ਤੁਹਾਡੀ ਇਮਾਨਤ 'ਤੇ ਤੁਹਾਨੂੰ ਸਮਾਇਆ ਜਾਂਦਾ ਹੈ। ਜਿਸ ਤਰੀਕੇ ਤੁਸੀਂ ਉਹਨਾਂ ਦਾ ਸਾਰਾ ਮਾਲ ਸਹੀ ਸਲਾਮਤ ਪਹੁੰਚਾਉਂਦੇ ਹੋ ਔਰ ਉਸ ਤੋਂ ਬਾਅਦ ਤੁਹਾਨੂੰ ਕਿਰਾਇਆ ਦਿੱਤਾ ਜਾਂਦਾ ਹੈ, ਸੋ ਮੈਂ ਸਮਝਣਾ ਵੀ ਸਾਡੇ ਬਹੁਤ ਹੀ ਟਰੱਕ ਆਪਰੇਟਰ ਵੀਰ ਸਿਆਣੇ ਨੇ ਜਿਹੜੇ ਇਸ ਯੋਗ ਸੰਸਥਾ ਦੀ ਜਿਹੜੀ ਅਗਵਾਈ ਕਰ ਰਹੇ ਨੇ ਔਰ ਇਸ ਨੂੰ ਸਹੀ ਸਲਾਮਤ ਚਲਾ ਰਹੇ ਨੇ। ਵਾਹਿਗੁਰੂ ਜੀ ਦਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਦੀ ਫਤਿਹ। ਸਾਡੇ ਟਰੱਕ ਯੂਨੀਅਨ ਜਿੰਨੇ ਵੀ ਇੱਥੇ ਸਾਡੇ ਸ਼ਹਿਰ ਦੀਆਂ ਮਹਾਨ ਹਸਤੀਆਂ ਪਹੁੰਚੀਆਂ ਨੇ, ਸਾਡੇ ਸਰਪ੍ਰਸਤ ਨਿਰਮਲ ਸਿੰਘ ਹਰਿਆਊ ਜੀ, ਸਾਡੇ ਸਤਿਕਾਰਯੋਗ MLA ਸਾਹਿਬ ਨਿਰਮਲ ਸਿੰਘ ਜੀ ਛਤਰਾਣਾ, ਸਾਡੇ ਸ਼ਹਿਰ ਦੇ ਜਿੰਨੇ ਵੀ ਪਤਵੰਤ ਸੱਜਣ ਪਹੁੰਚੇ ਨੇ, ਪ੍ਰਧਾਨ ਸਾਹਿਬ ਮੰਡੀ ਦੇ ਪ੍ਰਧਾਨ ਅਤੇ ਸਾਡੇ ਬਹੁਤ ਹੀ ਪੁਰਾਣੇ ਆਪਰੇਟਰ, ਸਾਡੇ ਮੈਂਬਰ, ਸਾਡੇ ਸਤਿਕਾਰਯੋਗ ਸ਼ਾਹ ਜੀ, ਸਾਰਿਆਂ ਜੀ ਆਇਆਂ ਨੂੰ ਕਹਿਣਾ ਮੈਂ। ਅਸੀਂ ਮੈਡੀਕਲ ਕੈਂਪ ਲਗਾਇਆ ਗਿਆ, ਇਹ ਮੈਡੀਕਲ ਕੈਂਪ ਦੇ ਵਿੱਚ ਜਿਵੇਂ ਡਾਕਟਰ ਦਿਮਾਗ ਦੇ, ਬੱਚਿਆਂ ਦੇ, ਅੱਖਾਂ ਦੇ ਅਤੇ ਰੀੜ੍ਹ ਦੀ ਹੱਡੀਆਂ ਦੇ ਇਲਾਜ ਦੇ ਲਈ ਫ੍ਰੀ ਕੈਂਪ ਲਗਾਇਆ ਗਿਆ ਸਾਨੇ, ਅਤੇ ਇੱਥੇ ਜਿੰਨੇ ਵੀ ਸਾਡੇ ਬੰਦੇ ਆਏ ਨੇ ਇਹਨਾਂ ਜੀ ਆਇਆਂ ਨੂੰ ਆਖਦੇ ਹਾਂ ਜੀ। ਸਮੁੱਚੇ ਜਿਹੜੇ ਡਰਾਈਵਰ ਵੀਰ ਨੇ ਅਤੇ ਮਾਲਕ ਜਿਹੜੇ ਆਪ ਗੱਡੀਆਂ ਚਲਾਉਂਦੇ ਨੇ, ਅਸੀਂ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਆਪਣੇ ਤਨਦੇਹੀ ਨਾਲ ਸਹੀ ਤਰੀਕੇ ਨਾਲ ਗੱਡੀ ਚਲਾਉਣ ਅਤੇ ਸਾਡੇ ਜਿਵੇਂ ਸੈਲੇ ਪਲਾਂਟਾਂ 'ਚੋਂ ਗੱਡੀਆਂ ਭਰ ਕੇ ਜਾਂਦੀਆਂ ਨੇ, ਸਹੀ ਤਰੀਕੇ ਨਾਲ ਉਹਨਾਂ ਨਾਲ ਮਾਲ ਪਹੁੰਚਾਉਣ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਉਹ ਢਿੱਲ ਨਾ ਵਰਤਣ, ਇਮਾਨਦਾਰੀ ਨਾਲ ਉਹ ਆਪਦਾ ਜਿਹੜਾ ਉਹ ਕੰਮ ਕਰਨ ਤਾਂ ਜੋ ਇਹ ਆਪਣਾ ਜਿਹੜਾ ਮਾਹੌਲ ਹੈ ਪ੍ਰੇਮ ਪਿਆਰ ਨਾਲ ਰਲ ਮਿਲ ਕੇ ਜਿਹੜੇ ਇੰਡਸਟਰੀ ਵਾਲੇ ਵੀ ਅਤੇ ਟਰੱਕ ਯੂਨੀਅਨ ਦਾ ਜਿਹੜਾ ਸਾਥ ਹੈ ਉਹ ਲੰਮੇ ਸਮੇਂ ਤੱਕ ਚੱਲ ਸਕੇ। ਸੱਚ ਦੇ ਪੈਰਾ ਟੀਵੀ ਲਈ ਸਤਪਾਲ ਗਰਗ ਦੀ ਰਿਪੋਰਟ।